ਪੈਂਜੀ ਲਾਏ ਸੋ ਜਿਵੇਂ ਪਹਿਲੇ ਕਿਸੇ ਸਰਕਸ 'ਚ ਕੰਮ ਕਰਦਾ ਰਿਹਾ। ਵੀ ਸੋਚ ਕੀ ਰਿਹਾ? ਸ਼ਾਇਦ ਤੂੰ ਐ ਨੀ ਜਾਣਦਾ ਮੈਂ 50 ਮੁਰੱਬਿਆਂ ਦੇ ਮਾਲਕ ਚੌਧਰੀ ਹਸ਼ਮਤ ਦੀ ਧੀ ਆ। ਉਹ ਮੁਠਿਆਰੇ, ਮੈਂ ਤੇ ਤੇਰੇ ਕੋਲੋਂ ਸਿਰਫ ਇਹ ਪੁੱਛਣਾ ਸੀ ਕਿ ਪਿੰਡ 'ਚ ਮੁਕਾਬਲੇ ਦਾ ਮੈਦਾਨ ਕਿੱਥੇ ਲੱਗ ਰਿਹਾ। ਜੇ ਮੇਰਾ ਮਸ਼ਵਰਾ ਮੰਨੇ ਤੇ ਕਾਰ ਵਾਪਸ ਟੁਰ ਜਾ, ਇਸ ਲਈ ਕਿ ਹਰ ਸਾਲ ਉਸ ਮੈਦਾਨ 'ਚ ਇੱਕ ਐਸਾ ਸੁਰ ਮੰਦਾ ਹੈ ਜਿਹਦੇ ਸਾਹਮਣੇ ਦਲੇਰ ਤੋਂ ਦਲੇਰ ਵੀ ਜਵਾਨ ਆਵੇ, ਉਹਦੀਆਂ ਲੱਤਾਂ ਬਾਹਾਂ ਤੋੜ ਕੇ ਕਾਰ ਵਾਪਸ ਭੇਜ ਦਿੰਦੇ। ਤੂੰ ਮੈਨੂੰ ਮੈਦਾਨ ਦਾ ਪਤਾ ਦੱਸ, ਹੋ ਸਕਦਾ ਉਹਨੂੰ ਮੇਰੇ ਹੱਥ ਪੈਰ ਵੇਖ ਕੇ ਤੰਦਰ ਪੈ ਜਾਏ। ਜੇ ਤੈਨੂੰ ਆਪਣੀਆਂ ਲੱਤਾਂ ਬਾਹਾਂ ਤੋੜਾਉਣ ਦਾ ਇੰਨਾ ਹੀ ਸ਼ੌਕ ਹੈ ਤੇ ਸਿੱਧਾ ਚਲਾ ਜਾ, ਅੱਗੋ ਖੱਬੇ ਹੱਥ ਸੋਚ ਆਈ, ਅੱਗੇ ਕਬਰਸਤਾਨ ਆਏਗਾ, ਕਬਰਸਤਾਨ ਦੇ ਗੋਰ ਕੰਧ ਨੂੰ ਆਪਣੀ ਕਬਰ ਦਾ ਨਾਪ ਦੇ ਕੇ ਸਿੱਧਾ ਚਲਾ ਜਾਏ, ਅੱਗੇ ਮੈਦਾਨ ਆ ਜਾਏਗਾ। ਤੇਰੀ ਬੜੀ ਮਿਹਰਬਾਨੀ ਮੁਟਿਆਰੇ, ਰੱਬ ਤੇਰੀ ਜ਼ਿੰਦਗੀ ਦਾ ਇੱਕ ਸਾਲ ਹੋਰ ਘਟਾ ਦੇ। ਪਰ ਮੈਂ ਤੇਰੀ ਹਯਾਤੀ ਦਾ ਇੱਕ ਸਾਲ ਵਧਾ ਦਿੱਤਾ। ਨੀ ਲਾਚੀਏ, ਇਹਨੂੰ ਕਿਹੜੇ ਗੱਲ ਪਾਸੇ ਤੋੜ ਦਿੱਤਾ ਈ? ਤੁਹਾਨੂੰ ਨੀ ਪਤਾ ਉਸ ਜਵਾਨ ਦਾ ਜਿਹੜਾ ਅੱਜ ਤੱਕ ਕੋਈ ਮੁਕਾਬਲਾ ਨੀ ਹਾਰਿਆ। ਜਲਾਲ ਤੂੰ ਆਈ ਬਲਾਰੂ ਕਾਲ ਤੂੰ ਉਹ ਕੀ ਹਾਲ ਕਰ ਦਿੱਤਾ ਤੂੰ ਚੌਧਰੀ ਦੇ ਮਸੂਮ ਬਾਲਾਂ ਦਾ? ਲੋ ਇਹ ਸਾਖਰੀ ਤੋਂ ਉਮੀਦ ਸੀ ਇਹ ਵੀ ਬਾਈ ਇਹ ਵਾਪਸ ਆ ਗਿਆ। ਆ ਕਾਕਾ ਮੇਰੇ ਨਾਲ ਇੱਧਰ ਆ ਕੇ ਲਾਈਨ 'ਚ ਲੱਗ ਜਾ। ਆ ਜਾ ਆ ਜਾ, ਸ਼ਾਬਾਸ਼, ਆ ਜਾ ਇੱਥੇ ਖਲੋ, ਮੈਂ ਵੀ ਖਲੋਨਾ। ਸਾਹਿਬ, ਪਿਛਲੇ ਵਰ੍ਹੇ ਵੀ ਇਸ ਮੈਦਾਨ ਵਿੱਚ ਮੈਂ ਤੇਰੇ ਇਹਨਾਂ ਸ਼ੀ ਵਰਗੇ ਪੁੱਤਰਾਂ ਦੇ ਹੱਡ ਪੈਰ ਤੋੜ ਭੰਨ ਕੇ ਤੈਨੂੰ ਇਹ ਮਸ਼ਵਰਾ ਦੇ ਗਿਆ ਸਾਂ ਕਿ ਇਹਨਾਂ ਨੂੰ ਕਿਸੇ ਸ਼ੇਰਨੀ ਦਾ ਦੁੱਧ ਪਿਆ ਕੇ ਮੇਰੇ ਸਾਹਮਣੇ ਲਿਆਈ, ਪਰ ਲੱਗਦਾ ਤੂੰ ਇਹਨਾਂ ਨੂੰ ਕਿਸੇ ਪੇੜ ਦਾ ਦੁੱਧ ਵੀ ਨਹੀਂ ਪਿਆਇਆ ਜਿਹੜਾ ਇਹ ਅਲ ਨੇ ਚੋਂ ਟਿੱਕੇ ਹੋਏ ਕਿਸੇ ਚਿੜੀ ਦੇ ਬੋਟ ਵਾਂਗੂ ਤੇਰੇ ਪੈਰਾਂ 'ਚ ਟਿੱਕ ਪਏ। ਅਸੀਂ ਤੇਰੀ ਬਹਾਦਰੀ ਤੇ ਜੀਦਾਰੀ ਨੂੰ ਸਲਾਮ ਕਰਨੇ ਆ ਜਵਾਨਾ। ਵਾਲੇਕੁਮ ਸਲਾਮ।
ਤੇ ਮੁਕਾਬਲਾ ਜਿੱਤਣ ਵਾਲੇ ਨੂੰ ਇਨਾਮ ਇਨਾਮ ਸ਼ਨਾਮ ਦੀ ਰਕਮ ਮੈਨੂੰ ਨਹੀਂ ਚਾਹੀਦੀ ਹੈ ਚੌਧਰੀ ਸਾਹਿਬ। ਇਹ ਰਕਮ ਪਿੰਡ ਦੇ ਉਹਨਾਂ ਗਰੀਬਾਂ ਚ ਵੰਡ ਦਿਓ ਜਿਨ੍ਹਾਂ ਨੇ ਆਪਣੀਆਂ ਧੀਆਂ ਪੈਣਾਂ ਨੂੰ ਵਿਦਿਆ ਕਰਨਾ ਹੈ। ਤੇ ਨਿੱਕਾ ਜਿਹਾ ਸਵਾਬ ਖੱਟਣ ਲਈ ਮੈਂ ਹਰ ਸਾਲ ਇਸ ਮੈਦਾਨ ਚ ਆਨਾ ਵਾਸਤੇ ਆਂਦਾ ਰਵਾਂਗਾ। ਰੱਬ ਰੱਖਾ। ਮੈਂ ਮੈਦਾਨ ਦਾ ਪੁੱਛਿਆ ਸੀ ਤੇ ਉਸ ਮੁਟਿਆਰ ਨੇ ਤੇ ਭੇਜ ਦਿੱਤਾ ਮੈਨੂੰ ਨਿੰਬੂਆਂ ਵਾਲੇ ਬਾਗ ਚ। ਜਾ ਪੜਿਆ, ਰਸਤਾ ਤੇ ਤੈਨੂੰ ਕਿਸੇ ਮਰਦ ਕੋਲੇ ਪੁੱਛਣਾ ਚਾਹੀਦਾ ਸੀ। ਚੱਲ ਕਿਸੇ ਹੋਰ ਕੋਲੋਂ ਪੁੱਛ। ਮੈਂ ਤੇਰੇ ਕੋਲੋਂ ਪਤਾ ਪੁੱਛਣਾ ਸੀ ਜਵਾਨਾ। ਕੌਣ ਗੁਆਚਾ? ਬੋਲ। ਓਏ ਗੁਆਚਿਆ ਤੇ ਕੋਈ ਨੀ, ਤੂੰ ਸਿਰਫ ਇੰਨਾ ਦੱਸ ਦੇ ਕਿ ਇਸ ਇਲਾਕੇ ਚ ਮੁਕਾਬਲੇ ਦਾ ਮੈਦਾਨ ਕਿੱਥੇ ਲੱਗਾ। ਮੁਕਾਬਲੇ ਦਾ ਮੈਦਾਨ? ਤੈਨੂੰ ਕਿਸੇ ਫਕੀਰ ਨੇ ਇਹ ਬਦਦੁਆ ਤੇ ਨਹੀਂ ਦੇ ਦਿੱਤੀ ਕਿ ਖੁਦਾ ਨਾ ਖਾਸਾ ਤੂੰ ਜਵਾਨੀ ਦੀ ਮੌਤ ਹੀ ਮਰ ਜਾਇਆ। ਓਏ ਉਹ ਮੈਦਾਨ ਤੇ ਮੈਂ ਆਪ ਜਿੱਤ ਕੇ ਆ ਰਿਹਾ ਬਨਫਸੇ ਨਫੀਸ। ਇਹਦਾ ਮਤਲਬ ਹੈ ਉਹ ਮੁਕਾਬਲਾ ਤੂੰ ਜਿਤਾਇਆ ਜਿਹੜਾ ਮੈਂ ਜਿੱਤਣਾ ਸੀ। ਓਏ ਜੇ ਮੁਕਾਬਲੇ ਦਾ ਇੰਨਾ ਹੀ ਸ਼ੌਕ ਹੀ ਤੇ ਫਿਰ ਆਪਣੀ ਅੰਮਾ ਜੀ ਨੂੰ ਆਖ ਕਿ ਤੈਨੂੰ ਸੇਬਾਂ ਦਾ ਮੁਰੱਬਾ, ਬਦਾਮਾਂ ਦੀ ਸਰਦਾਈ, ਮੱਝ ਦੇ ਦੁੱਧ ਦੀਆਂ ਧਾਰਾਂ ਤੇ ਚਾਤੀ ਦਾ ਮੱਖਣ ਖਵਾ ਕੇ ਵਰਜਿਸ਼ ਕਰਾਏ ਤੇ ਅਗਲੇ ਸਾਲ ਮੈਂ ਉਸੇ ਮੈਦਾਨ ਚ ਤੇਰੇ ਮੁਕਾਬਲੇ ਦਾ ਇੰਤਜ਼ਾਰ ਕਰਾਂਗਾ। ਠੀਕ ਹੈ? ਬੜਾ ਇੱਕ ਅੱਬਾ ਬੰਦਾ ਬਈ, ਇਹ ਤੇ ਉਦੋਂ ਪਤਾ ਲੱਗੇਗਾ ਪੁੱਤਰਾ ਜਦੋਂ ਦੁੱਧ ਪੈਣ ਗਏ ਕਿ ਮੁਰੱਬਾ ਕਿਸ ਭਾਅ ਵਿਕਦਾ। ਉਸ ਮੁਟਿਆਰ ਨੇ ਮਿਹਨਤ ਚੰਗੀ ਨਹੀਂ ਕੀਤੀ। ਮੈਨੂੰ ਤੇ ਇੰਜ ਲੱਗਦਾ ਸਿਰ ਤੇ ਘੱਟਾ ਪਾ ਕੇ ਆ ਗਈ। ਮੈਂ ਕਿਹਾ ਮੁਟਿਆਰੇ ਇੱਕ ਗੱਲ ਤੇ ਦੱਸ, ਮੈਂ ਤੇਰਾ ਕੀ ਵਿਗਾੜਿਆ ਸੀ ਕਿ ਮੈਨੂੰ ਗਲਤ ਰਸਤੇ ਤੇ ਪਾ ਕੇ ਭਜਾ ਕੇ ਮੇਰਾ ਧੂੰਆਂ ਕੱਢ ਦਿੱਤਾ? ਰੱਬ ਦਾ ਸ਼ੁਕਰ ਕਰ ਤੇ ਕਾਰ ਵਾਪਸ ਚਲਾ ਜਾ। ਮਾਂ ਨੂੰ ਕਵੀ ਕਿ ਅੱਜ ਕੁਛ ਵੰਡੇ, ਮੈਂ ਤੇਰੀ ਜਿੰਨ ਪਰ ਜਾਨ ਬਚਾਈ। ਉਹ ਮੇਰੀ ਉਸ ਜਿੰਨ ਨਾਲ ਮੁਲਾਕਾਤ ਹੋ ਗਈ ਹੈ, ਮੈਂ ਉਹਦੇ ਨਾਲ ਦੁਸ਼ਮਣੀ ਵੀ ਪਾ ਆਇਆ ਮਾਂ। ਤੇ ਤੂੰ ਕੋਈ ਕਾਲਾ ਇਲਮ ਤੇ ਨਹੀਂ ਜਾਣਦਾ ਕਿ ਉਹ ਜਿੰਨ ਨੂੰ ਕਾਬੂ ਕਰ ਲਏਗਾ? ਯਾਦ ਰੱਖੇ ਮੁਟਿਆਰੇ, ਬਹਾਦਰੀ ਤੋਂ ਵੱਡਾ ਕੋਈ ਕਾਲਾ ਇਲਮ ਨਹੀਂ ਹੁੰਦਾ। ਜੇ ਮੈਂ ਉਸ ਮੈਦਾਨ ਵਿੱਚ ਪਹੁੰਚ ਜਾਂਦਾ ਤੇ ਅੱਜ ਮੈਂ ਉਹਦਾ ਇਹੋ ਜਿਹਾ ਅਸਰ ਕਰਨਾ ਸੀ ਕਿ ਉਹਨੇ ਆਉਣ ਵਾਲੀਆਂ ਸੱਤਾ ਪੁਸ਼ਤਾਂ ਨੂੰ ਵੀ ਕਿਹਾ ਜਾਣਾ ਸੀ ਕਿ ਮੁਕਾਬਲਾ ਕਦੇ ਨਾ ਕਰਨਾ। ਦੁੱਖ ਮੇਰੇ ਕੱਲ ਵੀ ਨਸੀਬ ਸਨ ਤੇ ਅੱਜ ਵੀ ਵੀਰਾ। ਇਸੇ ਲਈ ਤੈਨੂੰ ਕਹਿੰਦੀ ਹਾਂ ਕਿ ਮੈਨੂੰ ਕੋਈ ਖੁਸ਼ੀ ਦੀ ਖ਼ਬਰ ਨਾ ਸੁਣਾਇਆ ਕਰ। ਅੱਖਾਂ ਮੇਰੇ ਵਾਸੀ ਚ ਨਹੀਂ, ਮੇਰਾ ਕਹਿਣਾ ਨਹੀਂ ਮੰਨਦੀਆਂ, ਅੱਖ ਨੂੰ ਸੁੱਟਣੇ ਸ਼ੁਰੂ ਕਰ ਦਿੰਦੀਆਂ। ਮੈਨੂੰ ਤੇਰੀ ਸਮਝ ਨਹੀਂ ਆਈ ਭੈਣਾ। ਪੁੱਤਰ ਮਾਂ ਦੇ ਮੋਢਿਆਂ ਦੀ ਕੰਧ ਟੱਪ ਜਾਏ
ਤੇ ਮਾਂ ਦਾ ਹਰ ਦੁੱਖ ਸੁੱਖ ਚ ਬਦਲ ਜਾਂਦਾ। ਤੇਰੇ ਕੋਲੋਂ ਇੰਨੀ ਖੁਸ਼ੀ ਵੀ ਬਰਦਾਸ਼ਤ ਨਹੀਂ ਹੋਈ ਕਿ ਤੇਰਾ ਪੁੱਤਰ ਪਿੰਡ ਰਾਜਨਪੁਰ ਚੋਂ ਮੈਦਾਨ ਜਿੱਤ ਗਿਆ ਹੈ। ਰਾਜਨਪੁਰ ਇਸ ਪਿੰਡ ਦਾ ਨਾਂ ਸੁਣ ਕੇ ਸੋਚੇ ਕੀ ਲੱਗ ਪਈ ਹੈ ਤੂੰ ਭੈਣਾ? ਇੰਜ ਲੱਗਦਾ ਜਿਹੜਾ ਰਾਤ ਤੂੰ ਸਾਰੀ ਹਯਾਤੀ ਮੇਰੇ ਕੋਲੋਂ ਲੁਕਾਈ ਰੱਖੇ ਉਹ ਇਸੇ ਪਿੰਡ ਚ ਦਫ਼ਨ। ਇੱਥੇ ਤੇਰਾ ਜ਼ਰੂਰ ਕੁਝ ਗੁਆਚਿਆ। ਵੀਰਾ ਜੇ ਮੈਂ ਦੱਸ ਵੀ ਦਵਾਂ ਕਿ ਮੇਰੇ ਮੁਕੱਦਰ ਦੀ ਹਨੇਰੀ ਰਾਤ ਉਸੇ ਪਿੰਡ ਤੋਂ ਸ਼ੁਰੂ ਹੋਈ ਸੀ ਤੇ ਹੁਣ ਕਿਹੜੀ ਉਹਦੀ ਸਵੇਰ ਹੋ ਜਾਣੀ ਹੈ। ਮੇਰੇ ਦੁੱਖਾਂ ਨੂੰ ਉਸੇ ਪਿੰਡ ਦੇ ਕਬਰਸਤਾਨ ਚ ਦਫ਼ਨ ਲੈਣ ਦੇ ਵੀਰਾ। ਦਫਨਾਈ ਹੋਈ ਲਾਸ਼ ਦੀ ਕਬਰ ਖੋਦੀ ਹੈ ਤੇ ਉਹਦੇ ਨਾਲ ਕਈ ਹੋਰ ਵੀ ਕਬਰਾਂ ਨਿਕਲ ਆਉਂਦੀਆਂ ਨੇ, ਹੋਰ ਵੀ ਕਬਰਾਂ ਨਿਕਲ ਆਉਂਦੀਆਂ ਨੇ। ਹੋਰ ਕੁਝ ਸਿਆਣਾ ਹੋਵੇ ਤੇ ਸਿਰਫ ਇੱਕੋ ਹੀ ਕਬਰ ਕੱਢਦਾ ਹੈ। ਤੂੰ ਮੈਨੂੰ ਉਹ ਸਭ ਕੁਝ ਦੱਸ ਦੇ ਜਿਹੜਾ ਤੂੰ ਆਪਣੇ ਇਸ ਵੀਰ ਨੂੰ ਨਹੀਂ ਦੱਸ ਸਕੀ। ਆਪਣੇ ਦਿਲ ਦਾ ਉਹ ਦੁੱਖ ਜਿਹੜਾ ਤੇਰੇ ਹਰ ਸੁੱਖ ਦਾ ਕਾਤਲ ਨੇ। ਮੈਨੂੰ ਚੰਗੀ ਤਰ੍ਹਾਂ ਤੇ ਯਾਦ ਨਹੀਂ ਪਰ ਇੰਨਾ ਯਾਦ ਜ਼ਰੂਰ ਹੈ ਕਿ ਮੈਂ ਜਦ ਤੇਰੀਆਂ ਅੱਖਾਂ ਵਿੱਚ ਵੇਖਿਆ ਅੱਥਰੀ ਵੇਖੇ ਨੇ। ਮੁਰਾਦ ਪੁੱਤਰ ਕੌਣ ਪੁੱਤਰ ਤੇ ਕਿਹਦਾ ਪੁੱਤਰ? ਮੈਨੂੰ ਪੁੱਤਰ ਕਹਿੰਦਾ ਸਿਰਫ ਉਸੇ ਮਾਨੂ ਹੈ ਜਿਹਨੇ ਮੈਨੂੰ ਜੰਮਿਆ ਹੈ। ਕੀ ਕਹਿ ਰਿਹਾ ਪੁੱਤਰ? ਇਹੋ ਹੀ ਕਿ ਜੇ ਤੂੰ ਮੈਨੂੰ ਜਨਮ ਦਿੱਤਾ ਹੁੰਦਾ ਤੇ ਆਪਣੇ ਦਿਲ ਦਾ ਕੋਈ ਰਾਜ਼ ਆਪਣੇ ਪੁੱਤਰ ਕੋਲੋਂ ਨਾ ਲੁਕਾਉਂਦੀ, ਝੂਠੇ ਹਾਸੇ ਨਾ ਵਖਾਉਂਦੀ। ਦੱਸਦੇ ਮਾਂ ਦੱਸਦੇ ਉਹ ਕੌਣ ਖੂਨੀ ਕਾਤਲ ਤੇ ਦਰਿੰਦਾ ਜਿਹਨੇ ਤੇਰੀ ਜ਼ਬਾਨ ਤੇ ਆਪਣੀ ਦਹਿਸ਼ਤ ਦੇ ਇਹੋ ਜਿਹੇ ਪਹਿਰੇ ਲਾ ਦਿੱਤੇ ਨੇ ਕਿ ਤੂੰ ਹਰ ਸਵਾਲ ਦਾ ਜਵਾਬ ਅੱਥਰੂਆਂ ਨਾਲ ਦੇਣੀ ਹੈ। ਪੁੱਤਰਾ ਪਰ ਮੈਨੂੰ ਇਹੀ ਕਹਿਣਾ ਚਾਹੁੰਦੀ ਹੈ ਨਾ ਕਿ ਤੈਨੂੰ ਕੋਈ ਦੁੱਖ ਨਹੀਂ, ਤੇਰੀ ਅੱਖਾਂ ਵਿੱਚ ਅੱਥਰੂ ਨਹੀਂ। ਨਹੀਂ ਮਾਂ ਨਹੀਂ, ਰੱਬ ਦਾ ਵਾਸਤੇ ਇਹ ਝੂਠ ਨਾ ਬੋਲੀ। ਇਸ ਲਈ ਕਿ ਇਸ ਦੁਨੀਆਂ ਵਿੱਚ ਸਭ ਤੋਂ ਅਜ਼ੀਮ ਰਿਸ਼ਤਾ ਮਾਂ ਦਾ ਹੈ। ਕਿਧਰੇ ਇਹ ਨਾ ਹੋਵੇ ਇਸ ਰਿਸ਼ਤੇ ਤੋਂ ਮੇਰਾ ਇਤਬਾਰ ਉੱਠ ਜਾਏ, ਮਾਂ ਮੇਰਾ ਇਤਬਾਰ ਉੱਠ ਜਾਏ। ਤੇ ਫਿਰ ਸੁਣ ਪੁੱਤਰ ਵੇ, ਤੂੰ ਨਿਕਾ ਜਾ ਸੈ ਜਦੋਂ ਤੇਰਾ ਪਿਓ ਕਤਲ ਦੇ ਇਲਜ਼ਾਮ ਚ 20 ਵਰ੍ਹੇ ਲਈ ਜੇਲ੍ਹ ਤੁਰ ਗਿਆ ਸੀ, ਬਸ ਉਹਦੀ ਯਾਦ ਉਦੋਂ ਦੀ ਅੱਥਰੂ ਬਣ ਕੇ ਮੇਰੀ ਅੱਖਾਂ ਚ ਰਹਿੰਦੀ। ਕਤਲ ਕਿਉਂ ਹੋਇਆ ਸੀ? ਮੇਰਾ ਪਿਓ ਕਤਲ ਕਿਉਂ ਬਣਿਆ ਸੀ ਮਾਂ? ਰਹਿਣ ਤੋਂ ਮਕਤੂਲ ਦੇ ਵਾਰਸਾਂ ਦਾ ਸ਼ਿਜਰੇ ਨਸਬ ਦੱਸ ਮਾਂ, ਹੁਣ ਤੱਕ ਕਿੰਨੇ ਮਰ ਗਏ ਨੇ ਤੇ ਕਿੰਨੇ ਜਿਉਂਦੇ ਨੇ? ਮੈਨੂੰ ਕੁਝ ਪਤਾ ਨੀ ਪੁੱਤਰ ਵੇ। ਉਸ ਪਿੰਡ ਦਾ ਨਾਂ ਦੱਸ। ਤੂੰ ਕੀ ਕਰੇਗਾ ਪੁੱਛ ਕੇ? ਉਹੀ ਕਰਾਂਗਾ ਜਿਹਦੇ ਜਦ ਤੋਂ ਤੂੰ ਅੱਜ ਤੱਕ ਕੁਝ ਨਹੀਂ ਕਰ ਸਕੀ। ਪੁੱਤਰ ਨੂੰ ਆਪਣੇ ਹੱਥੀ ਪਾਇਨਵਾ ਦੇਵਾਂ, ਉਹ ਜ਼ਮਾਨੇ ਚ ਖਿਆਨਤ ਕਰ ਦੇਵਾਂ ਜਿਹਦੀ ਜਵਾਬ ਤੇ ਮੈਂ ਤੇਰੇ ਪਿਓ ਨੂੰ ਆ। ਤੇ ਮੈਂ ਪਿਓ ਨੂੰ ਕੀ ਜਵਾਬ ਦਿਆਂਗਾ ਜਦੋਂ ਉਹਨੇ ਮੇਰੀ ਚੌੜੀ ਛਾਤੀ ਵੱਲ ਦੇਖ ਕੇ ਆਖਿਆ ਕਿੱਦਾਂ ਜਵਾਨ ਪੁੱਤਰ ਨੇ ਦੁਸ਼ਮਨਾਂ ਕੋਲੋਂ ਆਪਣੀ ਮਾਂ ਦੀ ਬੇਇੱਜ਼ਤੀ ਦਾ ਬਦਲਾ ਵੀ ਨਹੀਂ ਲੈ ਸਕਿਆ। ਮਾਂ ਇਸ ਤੋਂ ਪਹਿਲਾਂ ਕਿ ਬੰਦੂਕ ਦੀ ਗੋਲੀ ਮੇਰੀ ਸ਼ਹਿਰਤ ਤੋਂ ਪਾਰ ਹੋ ਜਾਏ ਮੈਨੂੰ ਮੇਰੀ ਮੰਜ਼ਿਲ ਦਾ ਪਤਾ ਦੱਸ ਦੇ, ਮੈਨੂੰ ਮੇਰੀ ਮੰਜ਼ਿਲ ਦਾ ਪਤਾ ਦੱਸ ਦੇ। ਨਹੀਂ ਦੱਸਦੀ ਤੇ ਫਿਰ ਠੀਕ ਹੈ, ਤੂੰ ਮੇਰੇ ਪਿਓ ਦਾ ਚਿਹਰਾ ਤੇ ਵੇਖ ਹੀ ਲੇਂਗੀ
ਪਰ ਜੇ ਪੁੱਤਰ ਕਬਰ ਦੇ ਹਨੇਰਿਆਂ ਵਿੱਚ ਟੁਰ ਗਿਆ ਤੇ ਉਹਨੂੰ ਉੱਥੋਂ ਕੋਈ ਵਾਪਸ ਨਹੀਂ ਲਿਆ ਸਕੇਗਾ, ਕੋਈ ਵਾਪਸ ਨਹੀਂ ਲਿਆ ਸਕੇਗਾ। ਨਹੀਂ ਪਤਾ, ਨਹੀਂ ਮੈਂ ਦੱਸ ਦਿੰਦੀ ਹਾਂ, ਉਸ ਪਿੰਡ ਦਾ ਨਾਂ ਹੈ ਰਾਜਨਪੁਰ। ਜਿਹਦੇ ਤਰ ਦੇ ਚਾਰ ਚਫੇਰੇ ਸਿਰਫ ਚੌਧਰੀ ਹਸ਼ਮਤ ਦਾ ਨਾਂ ਲਿਖਿਆ ਹੋਵੇ ਤੇ ਮੇਰੀ ਬਲਦੀਅਤ ਚ ਖਾਨ ਦਾ ਨਾਂ ਹੈ। ਆਹੋ ਖਾਨ, ਤੂੰ ਤੇ ਮੈਨੂੰ ਇਸ ਹਵੇਲੀ ਦਾ ਕੋਈ ਬੜਾ ਹੀ ਪੁਰਾਣਾ ਨਿਜੂਮੀ ਲੱਗਣਾ ਜਿਹੜਾ ਜਿਹੜਾ ਖਾਨ ਦਾ ਨਾਂ ਸੁਣ ਕੇ ਆਪਣੀ ਕੀਤੀ ਹੋਈ ਪੇਸ਼ਗੋਈ ਦੇ ਮੁਤਾਬਿਕ ਕੰਮਣਾ ਸ਼ੁਰੂ ਕਰ ਦਿੱਤਾ। ਕਿੱਥੇ ਦੇ ਬੇਗੈਰਤੀ ਦੇ ਤੇਲ ਨਾਲ ਬੱਲਣ ਵਾਲਾ ਉਹ ਦੀਵਾ ਜਿਹਨੂੰ ਅੱਜ ਮੈਂ ਆਪਣੇ ਇੰਤਕਾਮ ਦੀ ਕੋਈ ਫੋਕ ਨਾਲ ਬੁਝਾ ਲਾਇਆ। ਹਾਲੀ ਬੋਲ ਦੇ ਕਿਤੇ ਮੈਨੂੰ ਤੇਰੀ ਕਬਰ ਐਸ ਹਵੇ ਨਹੀਂ ਸੀ ਨਾ ਬਣਾਉਣੀ ਪੈ ਜਾ। ਬੜਾ ਗੱਜ ਕੇ ਬੋਲਣ ਦੀ ਕੋਸ਼ਿਸ਼ ਕੀਤੀ ਹੋ। ਮੈਂ ਯਕੀਨ ਨਾਲ ਕਹਿ ਸਕਦਾ ਕਿ ਤੂੰ ਇਸ ਹਵੇਲੀ ਦੇ ਚੌਧਰੀ ਦੀ ਧੀ ਹੈ, ਧੀਏ ਨਾ। ਪਰ ਤੈਨੂੰ ਸ਼ਾਇਦ ਪਤਾ ਨਹੀਂ ਕਿ ਔਰਤ ਦਾ ਮਰਦ ਦੇ ਜਨਾਜ਼ੇ ਨੂੰ ਕੰਧਾ ਦੇਣਾ ਜਾਇਜ਼ ਨਹੀਂ, ਉਹ ਭਾਵੇਂ ਤੇਰੇ ਪਿਓ ਦਾ ਜਨਾਜ਼ਾ ਹੀ ਕਿਉਂ ਨਾ ਹੋਵੇ। ਸ਼ਾਇਦ ਤੂੰ ਵੀ ਇਸੇ ਲਈ ਆਪਣੀ ਮਾਂ ਨੂੰ ਨਾ ਲੈ ਕੇ ਨਹੀਂ ਆਇਆ ਕਿ ਉਹ ਤੇਰੇ ਜਨਾਜ਼ੇ ਨੂੰ ਕੰਧਾ ਨਾ ਦੇ ਸਕੇ। ਵੱਧਦੀ ਨਾ ਜਾ, ਨਾ ਵੱਧਦੀ ਜਾ, ਕੱਚੀ ਲੱਸੀ ਵਾਂਗੂ। ਹੁਣ ਦੱਸ, ਤੇਰੀ ਜੰਮਨ ਪਰਚੀ ਵਿੱਚ ਜਿਸ ਪਿਓ ਦਾ ਨਾਂ ਲਿਖਿਆ ਹੋਇਆ ਹੈ ਉਹ ਇਸ ਵੇਲੇ ਮੌਤ ਦੇ ਡਰ ਤੋਂ ਕਿਸ ਖੁੱਡ ਵਿੱਚ ਲੁਕਿਆ ਹੋਇਆ ਹੈ ਦੱਸ। ਮੇਰਾ ਪਿਓ ਤੇ ਭਰਾ ਮੁਰੱਬਿਆਂ ਦੇ ਗਿਆ ਹੈ। ਮੁਰੱਬਿਆਂ ਦੇ ਗਏ ਨੇ, ਗਏ ਨੇ, ਫਿਰ ਆਣਗੇ, ਫਿਰ ਜਾਣਗੇ, ਫਿਰ ਆਣਗੇ, ਫਿਰ ਗਏ, ਆਇਆ ਆਇਆ ਗਿਆ ਆਇਆ ਗਿਆ ਆਇਆ ਤੇ ਪੰਜਾਬ ਦੇ ਦੁਸ਼ਮਣ ਦਾ ਇਹਨਾਂ ਫੇਰਿਆਂ ਨੂੰ ਪਸੰਦ ਨਹੀਂ ਕਰਦੇ। ਅਸੀਂ ਇੱਥੇ ਹੀ ਆਰਾਮ ਕਰਦੇ ਹਾਂ। ਇਹ ਜਵਾਨ ਤੇ ਸ਼੍ਰੇਸ਼ ਵਾਂਗੂ ਚਮੜ ਗਿਆ, ਇਹਦਾ ਕਾਬਲਾ ਕਸਣ ਲਈ ਨਵਾਂ ਹੀ ਹੱਲ ਸੋਚਣਾ ਪਏਗਾ। ਮੁਦਿਆਰੇ, ਤੂੰ ਮੈਨੂੰ ਲੱਸੀ ਪਾਣੀ ਤੇ ਨਹੀਂ ਪੁੱਛਿਆ, ਇੰਨਾ ਤੇ ਕਰ ਸਕਨੀ ਹੈ। ਆਪਣੇ ਕੰਮੀ ਕਮੀਨਾ ਨੂੰ ਕਹਿ ਕਿ ਮੇਰੇ ਅੱਡ ਪੈਰ ਸਿੱਧੇ ਕਰਕੇ ਮੇਰਾ ਥਕੇਵਾ ਲਾ। ਮੇਰੇ ਪਿਓ ਤੇ ਭਰਾ ਹੋਵੇ ਕਦੋਂ ਆਣ, ਤੇਰੇ ਅੱਡ ਪੈਰ ਸਿੱਧੇ ਕਰਨ ਦਾ ਕੋਈ ਚਾਰਾ ਕਰਨੀ ਆ। ਬਿਲਕੁਲ ਠੀਕ ਕਿਹਾ ਜੀ, ਚਾਰਾ ਮੇਰੇ ਘੋੜੇ ਲਈ ਤੇ ਮਾਲਸ਼ੀਆ ਮੇਰੇ ਲਈ। ਬੜਾ ਪੈਂਦਾ ਕੱਟ ਕੇ ਆਇਆ, ਮਾਲਸ਼ੀਆ ਦਾ ਹੱਥ ਲੱਗੇਗਾ ਤੇ ਥਕੇਵਾ ਵੀ ਲੱਥੇਗਾ।
ਸਵੇਲੀ ਚ ਆਉਣ ਵਾਲੇ ਦੁਸ਼ਮਣ ਨੂੰ ਆਪਣੇ ਹੱਥੀ ਮਾਰਦੇ ਲਾਚੀਏ। ਤੇਰੇ ਪਿਓ ਤੇ ਭਰਾਵਾਂ ਨੂੰ ਪਤਾ ਲੱਗ ਜਾਵੇ ਕਿ ਲਾਚੀ ਇਸ ਹਵੇਲੀ ਦੀ ਹਿਫਾਜ਼ਤ ਕਰਨਾ ਚੰਗੀ ਤਰ੍ਹਾਂ ਜਾਣਦੀ ਹੈ, ਚੰਗੀ ਤਰ੍ਹਾਂ। ਬੰਦੂਕ ਚੰਗੀ ਨਹੀਂ ਲੱਗਦੀ, ਨਾਲੇ ਇਸ ਹਵੇਲੀ ਦੇ ਜਿਸ ਦੁਸ਼ਮਣ ਨੂੰ ਤੂੰ ਮਾਰਨ ਆਈ ਹੈ ਉਹ ਸੁੱਤਾ ਨਹੀਂ ਜਾਗਦਾ ਹੈ। ਜੇ ਦੁਸ਼ਮਣ ਦਾ ਗੂੜੀ ਨਿੰਦਰ ਸੋ ਜਾਣ ਤੇ ਉਹ ਬੜੀ ਪੈੜੀ ਮੌਤ ਮਰਦੇ ਨੇ, ਬੜੀ ਪੈੜੀ ਮੌਤ ਮਰਦੇ ਨੇ। ਕੀ ਗੱਲ ਲਾਚੀ, ਕਿੱਧਰ ਨਸੀ ਜਾ ਰਹੀ ਹੈ? ਅੱਜ ਤੇਰੇ ਪਿੱਛੇ ਕੋਈ ਬਗੈਰਤ ਤੇ ਨਹੀਂ ਲੱਗ ਗਿਆ? ਮੇਰਾ ਰਾਹ ਛੱਡ ਦੇ, ਅੱਜ ਉਹ ਨਹੀਂ ਜਾਂ ਮੇਰੇ ਵੀਰ ਨਹੀਂ। ਅੱਛਾ ਅੱਛਾ, ਮੈਂ ਕਿਹਾ ਮੈਨੂੰ ਵੀ ਤੇ ਕੁਝ ਦੱਸ। ਤੈਨੂੰ ਕਹਿ ਰਹੀ ਹਾਂ ਮੇਰਾ ਰਸਤਾ ਛੱਡ ਦੇ। ਉਹ ਲੱਖ ਵਾਰੀ ਚਲੀ ਜਾ, ਮੈਨੂੰ ਤੇ ਨਹੀਂ ਲੱਗਦਾ ਕਿ ਤੈਨੂੰ ਕੋਈ ਬਾਹਰ ਦੀ ਸ਼ਹਿਰ ਚਮੜ ਗਈ ਹੈ। ਚੱਲੀ ਕਿੱਥੇ ਹੈ? ਵੀਰਾਂ ਨੂੰ ਲੈਣ। ਖੈਰ ਸਾਡੀ ਹਵੇਲੀ ਚੋਂ ਜਿੰਨੇ ਕਬਜ਼ਾ ਕਰ ਦਿੱਤਾ। ਜਿੰਨ? ਆਹੋ ਉਹ ਹੀ ਜਿੰਨ ਜਿਹਦੇ ਕੋਲ ਤੈਨੂੰ ਮੈਂ ਬਚਾਉਣ ਲਈ ਭੁੱਲੀ ਪਾਇਆ ਸੀ। ਓਹੋ, ਤੇ ਫਿਕਰ ਨੀ ਕਿਹੜੀ ਗੱਲ ਹੈ, ਤੇ ਨਾਲੇ ਤੂੰ ਕਿਉਂ ਘਬਰਾ ਗਈ ਹੈ? ਇਹੋ ਜਿਹਾ ਜਿੰਨਾ ਦਾ ਪੀਰ ਮੁਰਸ਼ਦ ਤੇ ਮੈਂ ਆਪ ਹਾਂ। ਲਾਚੀ, ਆਪਣੇ ਭਰਾਵਾਂ ਦੀ ਬੁਜ਼ਦਿਲੀ ਤੇ ਤੂੰ ਚੰਗੀ ਤਰ੍ਹਾਂ ਜਾਣੀ, ਅੱਜ ਇਸ ਜਵਾਨ ਨੂੰ ਤੇ ਅਜ਼ਮਾ ਕੇ ਵੇਖ। ਉਹ ਸੋਚਣ ਕੀ ਲੱਗ ਪਈ ਹੈ, ਜਿੰਨੀ ਹੈ ਨਾ, ਮੈਨੂੰ ਉਹਦੇ ਕੋਲ ਲੈ ਚੱਲ, ਐਂ ਠੀਕ ਹੋ ਜਾਏਗਾ। ਆ ਜਾ। ਦਿਨ ਟਲਦਾ ਜਾ ਰਿਹਾ, ਇਹ ਹਵੇਲੀ ਦੇ ਬਾਹਰ ਸਜੇ ਤੱਕ ਨਹੀਂ ਆਏ। ਕਿਧਰੇ ਉਹਨਾਂ ਨੂੰ ਮੇਰੇ ਆਉਣ ਦੀ ਇਤਲਾਹ ਤੇ ਨਹੀਂ ਮਿਲ ਗਈ, ਜਿਹੜਾ ਕਿਸੇ ਗੌਰ ਕੰਧ ਨੂੰ ਆਪਣੀਆਂ ਕਬਰਾਂ ਦੀ ਖੁਦਾਈ ਦਾ ਬਿਆਨਾ ਦੇਣ ਤੁਰ ਗਏ ਨੇ। ਸਰਕਾਰ, ਦੇਰ ਦੀ ਇਹ ਵੀ ਤੇ ਵਜ੍ਹਾ ਹੋ ਸਕਦੀ ਹੈ ਨਾ ਕਿ ਵੱਡੇ ਚੌਧਰੀ ਸਾਹਿਬ ਆਪਣੇ ਪੁੱਤਰਾਂ ਨੂੰ ਆਖਰੀ ਵਸੀਅਤ ਕਰ ਰਹੇ ਹੋਣ। ਜਦੋਂ ਮੈਂ ਤੇਰੇ ਚੌਧਰੀ ਸਮੇਤ ਉਹਦੀ ਪੂਰੀ ਬਰਾਦਰੀ ਨੂੰ ਮਾਰਨ ਦਾ ਠੇਕਾ ਲੈ ਚੁੱਕਿਆ ਵਾ, ਤੇ ਫਿਰ ਵਸੀਅਤ ਕਰਨ ਵਾਲਾ ਤੇ ਵਸੀਅਤ ਸੁਣਨ ਵਾਲਾ ਬਾਕੀ ਕੌਣ ਰਹਿ ਜਾਂਦਾ ਹੈ? ਓਏ ਸੁਸ਼ਮਾ, ਕੌਣ ਹੈ ਓਏ? ਪਹਿਲਵਾਨ ਵਾਲੇ ਦੀ ਵਸੀਅਤ ਤੇ ਸੁਣ ਲਿਆ ਓਏ। ਬੇਗੈਰਤ ਹੈ, ਆਪਣੀ ਦੁਸ਼ਮਣੀ ਵਿਆਹ ਲਈ
ਦੁਸ਼ਮਣ ਦੀ ਜਵਾਨ ਧੀ ਤੇ ਆਉਂਦਿਆਂ ਉਹਦੇ ਘਰ ਹੀ ਡੇਰਾ ਲਾ ਕੇ ਬਹਿ ਗਏ। ਪਰ ਤੂੰ ਮੈਨੂੰ ਬੜਾ ਗੈਰਤਮੰਦ ਭਰਾ ਲੱਗਾ ਬਈ, ਜਿਹਨੂੰ ਇੰਨਾ ਤੇ ਖਿਆਲ ਆਇਆ ਕਿ ਜਵਾਨ ਭੈਣ ਨੂੰ ਘਰ ਚ ਕੱਲਿਆਂ ਛੱਡ ਕੇ ਨਹੀਂ ਜਾਈਦਾ। ਅੱਜ ਮੈਂ ਤੇਰਾ ਹੱਥ ਦੇ ਸਿਰ ਤੇ ਰਖਵਾ ਕੇ ਇਹਨੂੰ ਤੇਰੀ ਭੈਣ ਬਣਾਉਣਾ। ਭੈਣ ਬਣਾਉਣਾ ਤੇ ਕੱਲ ਕਹੇਗਾ ਕਿ ਤੂੰ ਸੇਰੇ ਬੰਨ ਕੇ ਆਉਂਦਾ। ਯਾਦ ਰੱਖੀ ਆਏ, ਇਹਦੇ ਵਾਲ ਚਿੱਟੇ ਹੋ ਸਕਦੇ ਨੇ, ਸੂਆ ਜੋੜਾ ਇਹਦਾ ਕਫਨ ਬਣ ਸਕਦਾ ਹੈ, ਫੁੱਲਾਂ ਦੀ ਸੇਜ ਦੀ ਥਾਂ ਇਹਦੀ ਕਬਰ ਬਣ ਸਕਦੀ ਹੈ ਤੇ ਡੋਲੀ ਦੀ ਥਾਂ ਇਹਦਾ ਜੜਾ ਪਹੁੰਚ ਸਕਦਾ ਹੈ। ਤੇ ਇਹੀ ਫੈਸਲਾ ਮੇਰੇ ਇੰਤਕਾਮ ਦਾ। ਤੇ ਫਿਰ ਮੇਰਾ ਫੈਸਲਾ ਵੀ ਸੁਣ ਲਿਆ, ਮੈਂ ਇਹਨੂੰ ਆਪਣੀ ਡੋਲੀ ਚ ਪਾ ਕੇ ਲੈ ਜਾਣਾ ਹੀ। ਜੀ ਓਏ, ਖੁਸ਼ ਕਰ ਦਿੱਤਾ ਜੀ। ਸਦਕੇ ਜਾਵਾ ਤੇਰੀ ਇਹ ਸਦਾ ਤੋਂ, ਪਰ ਤੈਨੂੰ ਪਤਾ ਹੀ ਨਹੀਂ ਭੈਣ ਵੀ ਤੂੰ ਹੀ ਪਾਣੇ ਨੇ। ਸੁਣੋ, ਇਸ ਮੁਟਿਆਰ ਦੀ ਅੱਖ ਦੇ ਇੱਕ ਇਸ਼ਾਰੇ ਤੇ ਜਾਨਵਰ ਨਾ ਲਿਆ, ਇਹ ਦੁਸ਼ਮਣੀ ਇਸ ਹਵੇਲੀ ਵਿੱਚ ਨਾ ਲਿਆ ਤੇ ਮੇਰੇ ਵਿੱਚ ਮੇਰੀ ਮੰਗ ਤੇ ਇੱਥੋਂ ਚੁੱਪ ਕਰਕੇ ਚਲਾ ਜਾ। ਗੱਲ ਸੁਣ, ਮੈਂ ਤੈਨੂੰ ਤੇਰੀ ਬੇਗੈਰਤੀ ਦੀ ਸਜ਼ਾ ਦਿੱਤੋ ਬਗੈਰ ਇੱਥੋਂ ਨਹੀਂ ਜਾ ਸਕਦਾ, ਨਹੀਂ ਜਾ ਸਕਦਾ। ਜਵਾਨ ਨੂੰ ਪਛਾਣ ਕੇ ਜਰਾ ਦੱਸ ਖਾ ਕਿਹੜੇ ਪਿੰਡ ਦਾ ਰਹਿਣਾ ਲੈ। ਇਹ
ਇਹ ਜਵਾਨ ਤੇ ਲਾਲ ਦੇ ਪਿੰਡ ਚੋਰੀ ਸਜਾਵਲ ਦੀ ਹਵੇਲੀ ਚ ਰਹਿੰਦਾ ਹੈ। ਮਿਹਰਬਾਨੀ।